ਕੁਛ ਕਹਿਣਗੇ, ਤੁਹਾਨੂੰ ਲਾਲਿਸ਼ ਦੇਣਗੇ, ਤੁਹਾਨੂੰ ਹੋਰ ਵੀ ਬੜਾ ਕੁਛ ਕਹਿਣਗੇ। ਲੇਕਿਨ ਮੇਰੇ ਵੀਰੋ, ਇਹਨਾਂ ਦੀ ਲਾਲਚ 'ਚ ਨਾ ਆਇਓ ਜੇ। ਇਹ ਵਕਤੀ ਫੈਸਲੇ ਨੇ ਇਹਨਾਂ ਦੇ, ਇਹ ਵਕਤੀ ਵਾਅਦੇ ਨੇ। ਮੈਂ ਬੜੇ ਡਾਢੀ ਤਰ੍ਹਾਂ ਜਾਣਦਾ ਇਹਨਾਂ ਦੇ ਨਾਲ ਜਿਹੜੇ ਬੰਦੇ ਚੱਲਦੇ ਨੇ ਉਹ ਸਾਡੇ ਵੀ ਯਾਰ ਸੱਜਣ ਨੇ, ਯਕੀਨ ਕਰੋ ਉਹ ਸਾਰੇ ਵਕਤੀ ਵਾਅਦੇ ਕਰਨ ਦਾ ਜੀ। ਲੇਕਿਨ ਉਹਨਾਂ ਨੇ ਬਾਅਦ ਦੇ ਵਿੱਚ 26 ਤੋਂ ਬਾਅਦ ਤੁਹਾਡਾ ਕੋਈ ਵਾਅਦਾ ਨਹੀਂ ਜੇ ਕਰਨਾ ਉਹਨਾਂ ਨੇ ਤੁਹਾਡਾ। ਇੱਕ ਵਾਅਦਾ ਵੀ ਤੁਹਾਡੇ ਨਾਲ ਵਫਾ ਕਰ ਗਏ ਤੇ ਅਸੀਂ ਤੁਹਾਡੇ ਇੱਥੇ ਜ਼ਿੰਮੇਦਾਰ ਆ। ਇਸੇ ਲਈ ਮੇਰੇ ਵੀਰੋ, ਮੇਰੇ ਭਰਾਵੋ, ਇਸ ਵਕਤੀ ਵਾਅਦਿਆਂ ਤੋਂ ਬਚੋ। ਹਮੇਸ਼ਾ ਵਾਸਤੇ ਚੌਧਰੀ ਸ਼ਮਸ਼ਾਦ ਨੇ ਇਸ ਜਗ੍ਹਾ ਦੇ ਉੱਤੇ ਕੰਮ ਕੀਤਾ ਹੈ, ਹਰ ਬੰਦੇ ਨਾਲ ਕੰਮ ਕੀਤਾ ਹੈ, ਸਾਡੇ ਨਾਲ ਕੰਮ ਕੀਤਾ, ਤੁਹਾਡਾ ਹਰ ਜਗ੍ਹਾ ਕੰਮ ਕੀਤਾ। ਇਸ ਜਗ੍ਹਾ ਤਰੱਕੀ ਦੇ ਕੰਮ ਹੈ, ਤੁਹਾਡੀਆਂ ਸੜਕਾਂ, ਤੁਹਾਡੇ ਸਕੂਲ, ਭਾਈ ਅੱਲਾ ਰਾਮ ਸਾਹਿਬ ਨੇ ਜਿਹੜੇ ਤੁਹਾਨੂੰ ਕੰਮ ਦੱਸੇ ਨੇ। ਇਹ ਵਕਤੀ ਵਾਅਦੇ ਕਰਨ ਵਾਲੇ ਹੁਣ ਡੁਗਡੁਗੀ ਵਜਾ ਕੇ ਉਸ ਤੋਂ ਬਾਅਦ ਖਤਮ ਹੋ ਜਾਣਗੇ, ਇਹਨਾਂ ਨੂੰ ਤੁਹਾਨੂੰ ਨਜ਼ਰ ਨਹੀਂ ਜੀ ਆਉਣਾ। ਇਸ ਕਰਕੇ ਮੇਰੇ ਵੀਰੋ, ਅਸੀਂ ਤੁਹਾਨੂੰ ਵਾਅਦੇ ਤੌਰ ਤੇ ਦੱਸ ਰਹੇ ਹਾਂ, ਆਪਣਾ ਕੀਮਤੀ ਵੋਟ ਜ਼ਾਇਆ ਮਤ ਕਰਿਓ ਜੇ, ਸਾਨੂੰ ਵੋਟ ਦਿਓ ਜੇ। ਅਸੀਂ ਤੁਹਾਡੇ ਇਨਸ਼ਾਅੱਲਾ ਕੰਮ ਵੀ ਆਵਾਂਗੇ, ਪਹਿਲਾਂ ਵੀ ਕੰਮ ਆਉਂਦੇ, ਹੁਣ ਵੀ ਕੰਮ ਆਵਾਂਗੇ। ਤੇ ਬਾਕੀ ਰਹੀ 26 ਤਰੀਕ ਦੀ ਗੱਲ, 26 ਤਰੀਕ ਵਾਲੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਗੱਲ ਹੋਵੇ, ਤੁਹਾਨੂੰ ਕੋਈ ਪ੍ਰੈਸ਼ਰ ਹੋਵੇ ਤੇ ਅਸੀਂ ਜ਼ਿੰਮੇਦਾਰ ਹਾਂ। ਸਾਡੇ ਨਾਲ ਰਾਬਤਾ ਕਰਿਓ ਜੀ, ਅਸੀਂ ਤੁਹਾਡੇ ਲਈ ਉਸੇ ਵੇਲੇ ਖਿਦਮਤ 'ਚ ਹਾਜ਼ਰ ਹੋਵਾਂਗੇ। ਅਸੀਂ ਪਹਿਲੇ ਵੀ ਤੁਹਾਡੇ ਕੰਮ ਕੀਤੇ ਨੇ, ਇਹਨਾਂ ਗਲੀਆਂ ਮੁਹੱਲਿਆਂ ਦੇ ਵਿੱਚ ਸਫਾਈ ਹਰ ਤਰ੍ਹਾਂ ਦੇ ਅਸੀਂ ਤੁਹਾਡੇ ਸੜਕਾਂ ਬਣਾਈਆਂ, ਅਸੀਂ ਤੁਹਾਡੇ ਫਿਰ ਵੀ ਕੰਮ ਆਵਾਂਗੇ। ਭਰਾਵੋ, ਅਸੀਂ ਇਹ ਨਹੀਂ ਗੱਲ ਕਿ ਅਸੀਂ ਸਾਬਕਾ ਨਾਇਬ ਨਾਜ਼ਮ ਹੋ ਗਏ, ਲੇਕਿਨ ਅਸੀਂ ਉਸ ਤਰ੍ਹਾਂ ਹੀ ਹੈ ਤੁਹਾਡੇ ਭਰਾ। ਜਿਸ ਵੇਲੇ ਮਰਜ਼ੀ ਤੁਸੀਂ ਸਾਡਾ ਦਰਵਾਜ਼ਾ ਖੜਕਾ ਸਕਦੇ ਹੋ, ਤੁਹਾਡੀ ਹਾਜ਼ਰੀ ਤੁਹਾਡੀ ਮਿਹਰਬਾਨੀ। 26 ਤਰੀਕ ਵਾਲੇ ਦਿਨ ਸ਼ੇਰ ਤੇ ਮੋਰਾ ਲਾ ਕੇ ਚੌਧਰੀ ਅਖਤਰ ਖਾਨ ਨੂੰ ਕਾਮਯਾਬ ਕਰਿਓ, ਤੇ ਚੌਧਰੀ ਸ਼ਮਸ਼ਾਦ ਖਾਨ ਦੀ ਰੂਹ ਨੂੰ ਇਨਸ਼ਾਅੱਲਾ ਉਹਦੇ ਵਾਸਤੇ ਦੁਆਏ ਮਫਰਤ ਕਰਿਓ ਤੇ ਫੋੜ ਦਿਓ ਜੀ। ਅਸੀਂ ਤੁਹਾਡੇ ਵਾਸਤੇ ਦੁਆਏ ਖੈਰ ਕਰਾਂਗੇ, ਅਸੀਂ ਤੁਹਾਡੇ ਵਾਸਤੇ ਹਰ ਜਗ੍ਹਾ ਕੰਮ ਆਵਾਂਗੇ। ਇਨਸ਼ਾਅੱਲਾ 26 ਤਰੀਕ ਤੋਂ ਬਾਅਦ ਵੀ ਸਾਡੇ ਦਰਵਾਜ਼ੇ ਖੁੱਲ੍ਹੇ ਨੇ। ਬੜੀ ਮਿਹਰਬਾਨੀ।